प्यारे वीरों ਤੇ ਭੈਣੋ ਮੇਰੇ ਪਿਆਰੇ भगत ਵੀਰੋ ਤੇ ਭੈਣੋ ਆਓ ਸੁਖਮਨੀ ਸਾਹਿਬ ਦੀ ਵਿਆਖਿਆ ਦੀ ਲੜੀ ਵਿੱਚ ਅੱਜ ਅਸੀਂ ਦੂਸਰੀ ਅਸ਼ਟਪਦੀ ਦੇ 8ਵੇਂ ਪਦ ਤੇ ਪਹੁੰਚ ਗਏ ਹਾਂ ਅਰਥ ਸਰਵਣ ਕਰੀਏ एक बेनती है ये जो गुरु ग्रंथ साहिब जी देर बाणी दर्ज है ये सिख गुरुआ की है हिंदू भगतों की है मुसलमान पीर भी बाणी इस है ਇਸ ਬਾਣੀ ਨੂੰ ਅਸੀਂ ਇੰਜ ਸਮਝੀਏ ਕਿ ਸਾਰਿਆਂ ਦੀ ਸਾਂਝੀ ਬਾਣੀ ਹੈ ਸਾਰਿਆਂ ਦੇ ਜੋ ਪ੍ਰਭੂ ਦੀ ਭਗਤੀ ਵਿੱਚ ਪ੍ਰਭੂ ਦੀ ਭਗਤੀ ਦੇ ਰਸਤੇ ਤੇ ਚੱਲਦੇ ਆ ਜੋ ਉਹਨਾਂ ਦੇ ਐਕਸਪੀਰੀਅੰਸ ਹੋਏ ਉਹਨਾਂ ਨੇ ਸਾਡੀ ਝੋਲੀ ਵਿੱਚ ਇਹ ਦਾਨ ਪਾਇਆ ਗੁਰੂ ਅਰਜਨ ਦੇਵ ਬਾਚਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰਿਆਂ ਦਾ ਸਾਂਝਾ ਗੁਰੂ ਹੋਂਦਾ ਮਨ ਪ੍ਰਾਪਤ ਹੈ ਆਓ ਅਰਥ ਸਮਝੀਏ ਬਾਰ ਜਾਤ ਇਹ ਹਰ ਕੋ ਨਾਮ ਕਾਮ ਤੀਨ हर हर गुणगाम प्रभु का यह नाम ही पार रुख है पार जात सुरग के पाँच रुखों में एक दा नाम पारजात है इस दी बाबत एक ख्याल बनिया होया है कि ए हरेक मनोकामना पूरी करता है प्रभु के गुण गाने ही इच्छा पूर्वक काम है कामतेन सुरग दी गां जो हरेक मनोकामना पूरी करती है सबते उत्तम हर की कथा नाम सुनत दर्द दुख लथा प्रभु सिफ्त सलाह दिया, गल् होर सब गलों तो चंगिया हैं क्योंकि प्रभु का नाम सुनिया सारे दुख दर्द लह जाते हैं नाम की मेहमान संत रिद वसै संत प्रताप दुर्त सब नसै ਪਰਬੂ ਦੇ ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿੱਚ ਵਸਦੀ ਹੈ ਅਤੇ ਸੰਤਾਂ ਦੇ ਪ੍ਰਤਾਪ ਨਾਲ ਸਾਰਾ ਪਾਪ ਦੂਰ ਹੋ ਜਾਂਦਾ ਹੈ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਵੱਡੇ ਭਾਗਾ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ ਇੱਕ ਅਰਜ਼ ਕਰਾਂ ਵੱਡੇ ਭਾਗ ਸਾਡੇ ਹੀ ਚੰਗੇ ਕਰਮਾਂ ਦਾ ਨਤੀਜਾ ਹੁੰਦੇ ਹਨ ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ ਅਤੇ ਸੰਤਾਂ ਦੀ ਸੇਵਾ ਕੀਤਿਆਂ ਪ੍ਰਭੂ ਦਾ ਨਾਮ ਸਿਮਰੀਦਾ ਹੈ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਪ੍ਰਭੂ ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਹੈ ਨਾਨਕ ਗੁਰੂ ਦੇ ਸੰਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ ਦੀ ਦਾਤ ਲਬਦਾ ਹੈ ਪ੍ਰਭੂ ਦੇ ਨਾਮ ਦੀ ਮਹਿਮਾ ਸੁਣਨ ਨੂੰ ਮਿਲ ਰਹੀ ਹੈ ਇਸ ਪਦ ਵਿੱਚ गायन करिए पार जात ए हर को नाम कामतेन हर हर गुण गाम सबते उत्तम हर की कथा नाम सुनत दर्द दुख लथा नाम की महिमा संत रिद वसै संत पर ताप दुर्त सब नसे ਸੰਤ ਕਾ ਸੰਗ ਵਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਬੜੇ ਚੰਗੇ ਵੱਡੇ ਭਾਗਾ ਨਾਲ ਪ੍ਰਭੂ ਦਾ ਨਾਮ ਮਿਲਦਾ ਹੈ ਨਾਮ ਕੀ ਹੈ ਪ੍ਰਭੂ ਬਾਰੇ ਗੱਲਾਂ ਕਰਨੀਆਂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਉਹਦੇ ਵਿੱਚ ਸਿਫਤਾਂ ਹੀ ਸਿਫਤਾਂ ਨੇ ਸਿਫਤਾਂ ਦੀ ਸਲਾਹ ਕਰਨੀ ਉਸ ਦਾ ਨਾਮ ਜਪਨਾ ਉਸ ਦੇ ਨਾਮ ਨੂੰ ਯਾਦ ਕਰਨਾ ਉਸ ਨੂੰ ਸਿਮਰਨਾ